ਬਹੁਤ ਹੀ ਮੰਦਭਾਗੀ ਖਬਰ ਸ਼ੂਗਰ ਮਿਲ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਗੰਨੇ ਪੀੜਨ ਵਾਲੀ ਮਸ਼ੀਨ ਦੇ ਵਿੱਚ ਇੱਕ ਸ਼ਖਸ ਪੀੜਿਆ ਗਿਆ। ਸ਼ੂਗਰ ਮਿਲ ਦੇ ਵਿੱਚ ਕੰਮ ਕਰਦਾ ਸੀ ਤੇ ਹੁਣ ਸ਼ੂਗਰ ਮਿਲਕ ਦੇ ਮਾਲਕਾਂ ਦਾ ਕਹਿਣਾ ਹੈ ਕਿ ਉਹ ਸ਼ਖਸ ਗਾਇਬ ਹੈ। ਹਾਲਾਂਕਿ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਸ਼ੂਗਰ ਮਿਲ ਦੇ ਮਾਲਕ ਵੱਲੋਂ ਇਹ ਸਾਰੀ ਗੱਲ ਲੁਕੋਈ ਜਾ ਰਹੀ ਹੈ। ਉਹਨਾਂ ਦਾ ਜਿਹੜਾ ਪਰਿਵਾਰਕ ਮੈਂਬਰ ਸੀ, ਜਿਸ ਦੀ ਉਮਰ 58 ਸਾਲ ਦੱਸੀ ਜਾ ਰਹੀ ਹੈ, ਉਹ ਇਸੇ ਮਿਲ ਦੇ ਵਿੱਚ ਕੰਮ ਕਰ ਰਿਹਾ ਸੀ। ਜਿਹੜੀ ਗੰਨਾ ਪੀੜਨ ਵਾਲੀ ਮਸ਼ੀਨ ਹੈ ਉਸ ਨੂੰ ਠੀਕ ਕਰ ਰਿਹਾ ਸੀ ਤੇ ਉਸ ਦੇ ਨਾਲ ਹਾਦਸਾ ਵਾਪਰ ਗਿਆ, ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰ ਦੀ, ਜੋ ਕਿ ਇਸ ਮਿਲ ਦੇ ਵਿੱਚ ਕੰਮ ਕਰਦਾ ਸੀ, ਉਸ ਦੀ ਮ੍ਰਿਤਕ ਦੇਹ ਨੂੰ ਲੁਕੋਇਆ ਗਿਆ ਹੈ। ਸਾਰਾ ਜਿਹੜਾ ਸੱਚ ਹੈ ਉਸ ਨੂੰ ਲੁਕੋਇਆ ਜਾ ਰਿਹਾ ਹੈ। ਤਾਂ ਹੁਸ਼ਿਆਰਪੁਰ ਦੇ ਮੁਕੇਰੀਆਂ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ, ਜਿੱਥੇ DP ਯਾਦਵ, ਜੋ ਕਿ UP ਦੇ ਸਾਬਕਾ ਮੰਤਰੀ ਰਹਿ ਚੁੱਕੇ ਨੇ, ਉਹਨਾਂ ਦੇ ਸ਼ੂਗਰ ਮਿਲ, ਜੋ ਕਿ ਇੰਡੀਅਨ ਸੁਕਰੋਜ਼ ਲਿਮਿਟਿਡ, ਜਿੱਥੇ ਸ਼ਾਮ ਵੇਲੇ ਤਕਨੀਕੀ ਨੁਕਸ ਪੈ ਜਾਂਦਾ ਹੈ, ਮਸ਼ੀਨ ਦੇ ਵਿੱਚ ਪਿੜਾਈ ਦੀ ਮਸ਼ੀਨ ਹੁੰਦੀ ਹੈ ਇਹ, ਤੇ ਵਿਅਕਤੀ ਇਸ ਪਿੜਾਈ ਦੀ ਮਸ਼ੀਨ ਦੇ ਵਿੱਚ ਡਿੱਗ ਜਾਂਦਾ ਹੈ, ਜਿਸ ਤੋਂ ਬਾਅਦ ਉਹ ਲਾਪਤਾ ਹੈ। ਵਿਅਕਤੀ ਦਾ ਨਾਮ ਚੰਨ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਪਰਿਵਾਰਕ ਮੈਂਬਰਾਂ ਨੇ ਹੁਣ ਧਰਨਾ ਦੇ ਦਿੱਤਾ ਹੈ ਤੇ ਪਿਛਲੇ 25 ਸਾਲਾਂ ਤੋਂ ਚੰਨ ਸਿੰਘ ਇਸੇ ਮਿਲ ਦੇ ਵਿੱਚ ਕੰਮ ਕਰ ਰਿਹਾ ਸੀ। ਤਾਂ ਦੇਖ ਲਓ 25 ਸਾਲਾਂ ਦੀ ਨੌਕਰੀ ਦਾ ਉਸਨੂੰ ਕੀ ਫਲ ਮਿਲਿਆ ਹੈ, ਕਿ ਆਖਰ ਉਸ ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਮ੍ਰਿਤਕ ਦੇਹ ਵੀ ਨਹੀਂ ਦਿੱਤੀ ਜਾ ਰਹੀ ਤੇ ਇਹ ਵੀ ਨਹੀਂ ਕਬੂਲਿਆ ਜਾ ਰਿਹਾ ਕਿ ਉੱਥੇ ਕੋਈ ਹਾਦਸਾ ਹੋਇਆ ਹੈ। ਆਓ ਪਰਿਵਾਰਕ ਮੈਂਬਰਾਂ ਤੋਂ ਹੀ ਜਾਣਦੇ ਹਾਂ ਕਿ ਆਖਿਰਕਾਰ ਗੱਲ ਕੀ ਹੋਈ ਹੈ। ਇਸ ਵਕਤ ਮੁਕੇਰੀਆਂ ਤੋਂ ਇੱਕ ਬੜੀ ਹੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਇਸ ਵਕਤ ਅਸੀਂ ਜਿੱਥੇ ਖੜ੍ਹੇ ਹਾਂ, ਇਹ ਮੁਕੇਰੀਆਂ ਸ਼ੂਗਰ ਮਿਲ ਹੈ। ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਸਭ ਤੋਂ ਪਹਿਲਾਂ ਤਸਵੀਰਾਂ ਦਿਖਾ ਦੇਣ ਮੁਕੇਰੀਆਂ ਸ਼ੂਗਰ ਮਿਲ ਦੀਆਂ, ਜਿੱਥੇ ਕਿ ਬੀਤੀ ਰਾਤ ਦਾ ਇੱਕ ਵਰਕਰ ਜਿਹੜਾ ਆ ਉਹ ਲਾਪਤਾ ਆ। ਕਾਰਨ ਕੀ ਹੈ? ਕਾਰਨ ਹਜੇ ਤੱਕ ਸਪਸ਼ਟ ਨਹੀਂ ਪਤਾ ਲੱਗੇ, ਕਿਉਂਕਿ ਮਿਲ ਮੈਨੇਜਮੈਂਟ ਵੀ ਇਸ ਬਾਰੇ ਕੁਛ ਖਾਸ ਸਪਸ਼ਟ ਜਵਾਬ ਨਹੀਂ ਦੇ ਰਿਹਾ ਸੀਗਾ ਕਿ ਉਹ ਵਿਅਕਤੀ ਕਿੱਥੇ ਗਿਆ। ਉਸ ਕਰਕੇ ਪਰਿਵਾਰ ਨੂੰ ਮਜਬੂਰ ਹੋ ਕੇ ਮਿਲ ਦੇ ਅੰਦਰ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਸ ਵਿਅਕਤੀ ਦੇ ਪਰਿਵਾਰ ਦੇ ਸਾਰੇ ਲੋਕ ਇੱਥੇ, ਪਰਿਵਾਰ ਵਾਲੇ ਵੀ ਅਤੇ ਹੋਰ ਲੋਕ ਵੀ ਇੱਥੇ ਬਹਿ ਕੇ ਮਿਲ ਮੈਨੇਜਮੈਂਟ ਦੇ ਖਿਲਾਫ ਜਿਹੜਾ ਹੈ ਧਰਨਾ ਪ੍ਰਦਰਸ਼ਨ ਕਰ ਰਹੇ ਨੇ। ਇਸ ਵਕਤ ਗੱਲਬਾਤ ਕਰ ਲੈਂਦੇ ਹਾਂ, ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਂਦੇ ਹਾਂ ਕਿ ਮਾਮਲਾ ਸਾਰਾ। ਮਿਲ ਪ੍ਰਸ਼ਾਸਨ ਮੁਰਦਾਬਾਦ। ਭਾਜੀ ਕੀ ਕਾਰਨ ਹੈ ਜਿਹੜਾ ਤੁਸੀਂ ਅੱਜ ਮਿਲ ਦੇ ਅੰਦਰ ਬਹਿ ਕੇ ਪ੍ਰਦਰਸ਼ਨ ਕਰ ਰਹੇ ਹੋ? ਭਾਜੀ ਸਾਡਾ ਭਰਾ ਕੱਲ੍ਹ ਦਾ 4 ਵਜੇ ਦਾ ਡਿਊਟੀ, ਉਹਦੀ 4:12 ਡਿਊਟੀ ਸੀ, ਡਿਊਟੀ ਆਇਆ ਆ। ਜਿਹਦੇ ਉਹਦੇ ਨਾਲ ਦੇ ਬੰਦੇ ਉਹ ਦੱਸਦੇ ਆ ਵੀ 5:30 ਦੇ ਜਾਂ 5:15 ਤੋਂ ਬਾਅਦ ਉਹਦਾ ਫੋਨ ਸਵਿੱਚ ਆਫ ਆ ਰਿਹਾ। ਜ਼ਿਲ੍ਹੇ ਫੋਨ ਸਵਿੱਚ ਆਫ ਦੀ ਗੱਲ ਕਰਦੇ ਆ, ਉਸ ਲਈ ਮਿਲ 1-2 ਮਿੰਟ ਵਾਸਤੇ, 3 ਮਿੰਟ ਵਾਸਤੇ, 5 ਮਿੰਟ ਵਾਸਤੇ ਬੰਦ ਹੁੰਦੀ ਹੈ। ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਸਾਡਾ ਭਰਾ ਕਿੱਥੇ ਗਿਆ। ਮਿਲ ਬੰਦ ਹੋਣ 'ਤੇ ਸਾਨੂੰ ਫੁਟੇਜ ਦਿਖਾ ਰਹੇ ਆ, ਪਰ ਅਸੀਂ ਕਹਿ ਰਹੇ ਵੀ ਗਿਆ ਕਿੱਥੇ ਆ। ਔਰ ਦੂਜੀ ਗੱਲ ਇਹ ਹੈ ਕਿ ਕੱਲ੍ਹ 6 ਵਜੇ ਦਾ ਇਹ ਬੰਦਾ ਸਾਡਾ ਲੱਭ ਰਹੇ ਆ, ਸਾਨੂੰ ਸਵੇਰੇ 14 ਘੰਟਿਆਂ ਬਾਅਦ ਇਹ ਪਰਿਵਾਰ ਨੂੰ ਇਨਫੋਰਮ ਕਰਦੇ। ਪਰਿਵਾਰ ਨੂੰ ਇਨਫੋਰਮ ਵੀ ਮੈਨੇਜਮੈਂਟ ਦਾ ਬੰਦਾ ਕੋਈ ਨਹੀਂ ਕਰ ਰਿਹਾ, ਇੱਕ ਪਿੰਡ ਦਾ ਆਮ ਬੰਦਾ ਜਿਹੜਾ ਕੋਈ ਇੱਥੇ ਗੰਨਾ ਸੁੱਟਣ ਆਇਆ ਸੀ, ਉਹਨੂੰ ਪਤਾ ਲੱਗਿਆ ਕਿ ਰੌਲਾ ਪਿਆ ਆ, ਜਾਂ ਕੋਈ ਹੋਰ ਡਿਊਟੀ ਬੰਦਾ ਕਰਦਾ ਵੀ ਰੌਲਾ ਪਿਆ, ਬੰਦਾ ਮਿਸ ਹੈਗਾ ਆ। ਉਹ ਬੰਦਾ ਇਨਫੋਰਮ ਕਰਨ ਡਿਆ 14 ਘੰਟੇ ਬਾਅਦ, ਫਿਰ ਆਪਾਂ ਸਵੇਰ ਦੇ ਆਣ ਕੇ ਇੱਥੇ ਲੱਭ ਰਹੇ ਹਾਂ ਬੰਦੇ ਨੂੰ, ਪਰ ਇਹਨਾਂ ਨਾਲ ਸਾਡੇ ਨਾਲ ਕੋਈ ਕਿਸੇ ਤਰ੍ਹਾਂ ਦਾ ਕੋਆਪਰੇਟ ਨਹੀਂ ਕਰ ਰਿਹਾ। ਸਾਨੂੰ ਇਹੀ ਕਹਿ ਰਹੇ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਬੰਦਾ ਤੁਹਾਡਾ ਇੱਥੋਂ ਬਾਹਰ ਚਲਾ ਗਿਆ, ਜਦਕਿ ਉਹਦਾ ਮੋਟਰਸਾਈਕਲ, ਉਹਦੇ ਕੱਪੜੇ, ਉਹਦਾ ਟਿਫਨ ਸਾਰਾ ਕੁਛ ਅੰਦਰ ਹੀ ਪਿਆ ਆ, ਉਹਦਾ ਕਾਰਡ ਹਾਜ਼ਰੀ ਵਾਲਾ ਬਕਾਇਦਾ ਇੱਥੇ ਪਿਆ ਆ। ਜੇ ਬੰਦਾ ਕਹਿ ਰਹੇ ਮਿਲ ਤੋਂ ਚਲਾ ਗਿਆ, ਤੁਸੀਂ ਕਹਿ ਰਹੇ ਘਰ ਨਹੀਂ ਪਹੁੰਚਿਆ, ਕੀ ਲੱਗਦਾ ਕਿ ਕੁਛ ਮਿਸ ਹੈਪਨਿੰਗ, ਕੋਈ ਹਾਦਸਾ ਵਾਪਰ ਸਕਦਾ ਮਿਲ ਦੇ ਅੰਦਰ? ਅਸੀਂ 100% ਸਾਨੂੰ ਸ਼ੱਕ ਹੈ ਕਿ ਮਿਲ ਦੇ ਅੰਦਰ ਕੋਈ ਨਾ ਕੋਈ ਹਾਦਸਾ ਵਾਪਿਆ, ਜਿਹੜਾ ਸਾਡੇ ਕੋਲ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ। ਨਹੀਂ ਤਾਂ ਉਹ ਬੰਦਾ ਕਿੱਥੇ ਜਾ ਸਕਦਾ? ਬੰਦੇ ਦਾ ਜਾਣ ਦਾ ਕਿਤੇ ਮਤਲਬ, ਪਿਛਲੇ 30 ਸਾਲ ਤੋਂ ਉਹ ਬੰਦਾ ਕੰਮ ਕਰ ਰਿਹਾ ਇੱਥੇ ਲਗਾਤਾਰ, ਔਰ ਕੋਈ ਇਹ ਵੀ ਨਹੀਂ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਡਿਪਰੈਸ਼ਨ ਦਾ ਕਿਸੇ ਤਰ੍ਹਾਂ ਦਾ ਮਰੀਜ਼ ਸੀ, ਬਹੁਤ ਵਧੀਆ ਸਾਡਾ ਜੈਂਟਲ ਪਰਸਨ ਸੀਗਾ। ਅਤੇ ਇਹ ਸਾਡੇ ਨਾਲ ਜਾਣ ਕੇ ਲੁਕਾਉਣ ਦੀ ਕੋਸ਼ਿਸ਼ ਕਰ ਰਹੇ। ਇਹਨਾਂ ਦੇ ਜਿਹੜੇ ਆ, ਜਿਹੜੇ ਉਸ ਵੇਲੇ ਦੇ ਇੰਜੀਨੀਅਰ ਆ, ਸਾਰੇ ਉੱਧਰ ਉੱਧਰ ਭੱਜੇ ਫਿਰੇ ਆ, ਕੋਈ ਸਾਡੇ ਕਾਬੂ ਨਹੀਂ ਆਣ ਡਿਆ। ਕੋਈ ਮਤਲਬ ਕੋਈ ਵੀ ਇੱਥੇ ਉਹਨਾਂ ਦੇ ਨਾਲ ਦਾ ਸਾਥੀ, ਜਿਹੜਾ 7 ਬੰਦੇ ਹੈਗੇ ਆ, ਉਹ 7 'ਚੋਂ ਵੀ ਕਦੀ 1 ਆ ਜਾਂਦਾ, ਕਦੀ 2 ਆ ਜਾਂਦਾ, ਕੋਈ ਬੰਦਾ ਇੱਥੇ ਪੂਰਾ ਪੇਸ਼ ਨਹੀਂ ਕਰਨ ਡਿਆ।
ਅਨਿਲ ਜੀ, ਕੀ ਲੱਗਦਾ ਕਿ ਕੋਈ ਹਾਦਸਾ ਵਾਪਰਿਆ ਹੈਗਾ ਆ, ਕੀ ਹੋ ਸਕਦਾ ਆ ਕਿ ਜਿਹੜਾ ਵਿਅਕਤੀ ਮਿਲ ਨਹੀਂ ਰਿਹਾ ਅੱਜ ਤੱਕ? ਦੇਖੋ, ਜਿੱਦਾਂ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ, ਅਸੀਂ ਸਵੇਰ ਤੋਂ ਇੱਥੇ ਹਾਂ ਔਰ ਮੈਨੂੰ ਲੱਗਦਾ ਹੈ ਕਿ ਇਹਨੂੰ ਮਰਡਰ ਕਹਿ ਸਕਦੇ ਹਾਂ ਕਿ ਮਰਡਰ ਹੋਇਆ। ਜਿੱਦਾਂ ਜਾਣਕਾਰੀ ਨਹੀਂ ਆ ਰਹੀ, ਪੁਲਿਸ ਪ੍ਰਸ਼ਾਸਨ ਸਵੇਰ ਦਾ ਸਾਨੂੰ ਲਾਰੇ ਲੱਪੇ ਲਾ ਰਿਹਾ ਔਰ ਇਹ ਸਾਰੇ ਲੋਕ ਜਿਹੜੇ ਦੁਖੀ ਇਸ ਪਰਿਵਾਰ ਨਾਲ ਆਏ ਆ ਦੁੱਖ ਵਿੱਚ, ਤੋ ਇਸ ਕਿਤੇ ਨਾ ਕਿਤੇ ਮਿਸਹੈਪਨਿੰਗ ਵੀ ਹੋ ਸਕਦੀ ਹੈ, ਮਰਡਰ ਵੀ ਹੋ ਸਕਦਾ ਜਿੱਦਾਂ ਇਹ ਛੁਪਾ ਰਹੇ ਹੈ, ਔਰ ਮੈਂ ਕਹਾਂਗਾ ਕਿ ਮਿਸਮੈਨੇਜਮੈਂਟ ਵੀ ਹੋ ਸਕਦੀ ਹੈ। ਜਿੱਦਾਂ ਮਿਲ ਬੰਦ ਹੋਈ ਹੈ ਉਸ ਵੇਲੇ ਕੀ ਕੀਤਾ ਜਾਂਦਾ ਕਿ ਤੁਸੀਂ ਦੇਖ ਰਹੇ ਹੋ ਕਿ ਅਜੇ ਵੀ ਮਿਲ ਚੱਲ ਰਹੀ ਹੈ। ਇਹ ਸ਼ਰਮਨਾਕ ਗੱਲ ਹੈ ਸਾਡੇ ਲਈ ਵੀ, ਕਿਉਂਕਿ ਇਹਨਾਂ ਦਾ ਇੱਕ ਮੁਲਾਜ਼ਮ ਦੀ ਕਿੰਨੀ ਕੁ ਵੈਲਿਊ ਹੈ ਇੱਕ ਬੰਦੇ ਦੀ ਜਾਨ ਦੀ, ਇਹਨਾਂ ਲੋਕਾਂ ਲਈ, ਬਿਜ਼ਨਸਮੈਨਾਂ ਦੇ ਲਈ। ਇਹ ਬੜੀ ਸ਼ਰਮ ਦੀ ਗੱਲ ਹੈ ਕਿ ਮਿਲ ਅਜੇ ਵੀ ਚੱਲ ਰਹੀ ਹੈ। ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ, ਇਲਾਕੇ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਜਿੰਨਾ ਚਿਰ ਸਾਨੂੰ ਜਾਣਕਾਰੀ ਸਹੀ ਨਹੀਂ ਦਿੰਦੇ, ਸਾਰੇ ਅਸੀਂ ਵੱਧ ਤੋਂ ਵੱਧ ਇੱਥੇ ਪਹੁੰਚੀਏ ਔਰ ਕਿਸਾਨ ਭਰਾਵਾਂ ਨੂੰ ਅੱਗੇ ਵੀ ਉਹ ਦੁੱਖ ਵਿੱਚ ਖੜ੍ਹੇ ਹੁੰਦੇ ਕਿਸਾਨ ਭਰਾ, ਕਿਉਂਕਿ ਇਹ ਜਿਹੜੇ ਲੋਕ ਹੈ ਕਰੋੜਪਤੀ, ਇਹਨਾਂ ਨੂੰ ਕਿਸੇ ਦਾ ਕੋਈ ਦਰਦ ਨਹੀਂ, ਉਹ ਸਾਹਮਣੇ ਪਰੂਫ ਹੈ ਕਿ ਮਿਲ ਚੱਲ ਰਹੀ ਹੈ। ਅਤੇ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਵੀ ਹੈ, ਚੇਤਾਵਨੀ ਵੀ ਹੈ ਕਿ ਛੇਤੀ ਤੋਂ ਛੇਤੀ ਜਾਣਕਾਰੀ ਦੇ ਦੇਣ ਔਰ ਜਿਹੜੇ ਬੰਦੇ ਮੌਕੇ 'ਤੇ ਡਿਊਟੀ ਕਰ ਰਹੇ ਸੀ ਉਹ ਬੰਦੇ ਸਾਡੇ ਸਾਹਮਣੇ ਵੀ ਲਿਆਉਂਦੇ। ਇੱਕ ਬੰਦੇ ਨੇ ਬਿਆਨ ਵੀ ਦਿੱਤਾ ਕਿ ਤੁਹਾਡਾ ਬੰਦਾ ਚਲਾ ਗਿਆ, ਉਹ ਮੌਕੇ 'ਤੇ ਸੀ ਉੱਥੇ, ਔਰ ਉਹ ਬੰਦਾ ਨਿਰਾਸ਼ ਆ, ਕਹਿੰਦਾ ਕਿੰਨੀ ਕੁ ਵਾਰੀ ਕਹਿਣਾ ਤੁਹਾਡਾ ਬੰਦਾ ਚਲਾ ਗਿਆ। ਔਰ ਜਿਹੜੇ ਬੰਦੇ ਮੌਕੇ 'ਤੇ ਸੀਗੇ, ਜਿਹੜਾ ਇੰਜੀਨੀਅਰ ਸੀਗਾ ਟੈਕਨੀਕਲ ਇਹਨਾਂ ਦਾ, ਉਹ ਫੇਸ ਨਹੀਂ ਕਰ ਰਿਹਾ ਕਿਸੇ ਨੂੰ। ਇੱਕ ਸੰਜੇ ਸਿੰਘ ਜੀ ਆਉਂਦੇ ਆ ਵਾਰ ਵਾਰ, ਉਹ ਮੇਰਾ ਕੰਮ ਨਹੀਂ ਹੈ, ਇਹ ਉਸਕਾ ਕੰਮ ਹੈ। ਅਤੇ ਇਹ ਜਿਹੜਾ ਇਹਨਾਂ ਨੇ ਰੌਲਾ ਰੱਪਾ ਗੁੰਮਰਾਹ ਕਰ ਰਹੇ ਸਾਨੂੰ, ਅਤੇ ਇਹਨਾਂ ਦੇ ਖਿਲਾਫ਼ ਮੈਂ ਕਹਿੰਦਾ ਵੀ ਜਿਹੜੀ ਬਣਦੀ ਕਾਰਵਾਈ ਹੈ ਕਾਨੂੰਨੀ, ਇਹਨਾਂ ਨੂੰ ਅੰਦਰ ਦਿੱਤਾ ਜਾਵੇ ਸਾਰਿਆਂ ਨੂੰ ਚੁੱਕ ਕੇ, ਤਾਂ ਹੀ ਆਪੇ ਵਕਣਗੇ ਅਤੇ ਮਿਲ ਜਿਹੜੀ ਹੈ ਉਹਨਾਂ ਚਿਰ ਨਹੀਂ ਚੱਲੇਗੀ। ਇਹ ਮੇਰੀ ਸਾਰੇ ਨਾਲ ਆ ਜੀ, ਮਿਲ ਬੰਦ ਰਹਿਣੀ ਚਾਹੀਦੀ ਹੈ, ਇਹ ਮੇਰੀ ਇਹਨਾਂ ਨੂੰ ਚੇਤਾਵਨੀ ਹੈ। ਸਾਡੇ ਨਾਲ ਸੁਲੱਖਣ ਸਿੰਘ ਜੱਗੀ ਵੀ ਮੌਜੂਦ ਨੇ। ਜੱਗੀ ਸਾਹਿਬ, ਕੀ ਲੱਗਦਾ ਹੈ ਕਿ ਵਿਅਕਤੀ ਲਾਪਤਾ ਆ, ਪੁਲਿਸ ਦਾ ਕੀ ਰੋਲ ਹੁਣ, ਪੁਲਿਸ ਕੀ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਪੁਲਿਸ ਦੀ ਕਾਰਵਾਈ ਨੂੰ? ਦੇਖੋ, ਅਸੀਂ ਸਾਰੇ ਸਵੇਰ ਦੇ ਇਸ ਪਰਿਵਾਰ ਦੇ ਨਾਲ ਹੈ, ਜਿਸ ਵੇਲੇ ਦਾ ਸਾਨੂੰ ਪਤਾ ਲੱਗਾ ਅਸੀਂ ਸਾਰੇ ਇੱਥੇ ਇਹਨਾਂ ਨਾਲ ਬੈਠੇ ਹੋਏ ਹਾਂ। ਮਗਰ ਬੜੀ ਹੈਰਾਨਗੀ ਦੀ ਗੱਲ ਹੈ ਕਿ ਇੱਕ ਤੁਹਾਡਾ ਮੁਲਾਜ਼ਮ ਹੋਵੇ, ਮੁਲਾਜ਼ਮ ਪਰਿਵਾਰ ਦਾ ਮੈਂਬਰ ਹੁੰਦਾ ਹੈ, ਉਹ ਕੱਲ੍ਹ ਦਾ ਉਹ ਮਿਸਹੈਪਨਿੰਗ ਜੋ ਵੀ ਹੋਈ ਹੈ, ਕੱਲ੍ਹ ਦਾ ਹਾਦਸਾ ਹੋਇਆ, ਇਹਨਾਂ ਪਰਿਵਾਰ ਨੂੰ ਸੱਚੀ ਗੱਲ ਦੱਸਣੀ ਚਾਹੀਦੀ ਹੈ। ਔਰ ਮੇਰੀ ਬੇਨਤੀ ਹੈ ਮੁਲਾਜ਼ਮ ਵੀਰਾਂ ਅੱਗੇ ਕਿ ਜਿੰਨੇ ਵੀ ਇੱਥੇ ਮੁਲਾਜ਼ਮ ਇਸ ਮਿਲ 'ਚ ਇੰਪਲਾਈ ਹੈਗੇ ਆ, ਉਹ ਉਹਨਾਂ ਨੂੰ ਵੀ ਕੀ ਆਪਣੇ ਜਿਹੜਾ ਉਹਨਾਂ ਦਾ ਕਲੀਗ, ਉਹਨਾਂ ਕੋਈ ਦਰਦ ਨਹੀਂ ਹੈਗਾ, ਉਹ ਆਹ ਮਿਲ ਹਜੇ ਤੱਕ ਵੀ ਚਲੀ ਜਾਂਦੀ ਹੈ। ਜਿਸ ਬੰਦੇ ਨੇ 30-35 ਸਾਲ ਇਸ ਮਿਲ ਲਈ ਕੰਮ ਕੀਤਾ ਹੋਵੇ, ਇਸ ਮਿਲ ਮਾਲਕ ਨੂੰ ਪੈਸੇ ਕਮਾ ਕੇ ਦਿੱਤੇ ਹੋਣ, ਕੀ ਉਹਦਾ ਇੰਨਾ ਵੀ ਹੱਕ ਨਹੀਂ ਮੰਨਦਾ ਕਿ ਉਹਦੀ ਸੱਚਾਈ ਉਹਦੇ ਘਰਦਿਆਂ ਨੂੰ ਬਿਆਨ ਦੱਸ ਦਿੱਤੀ ਜਾਵੇ? ਸੋ ਮੇਰੀ ਬੇਨਤੀ ਹੈ ਇੱਥੋਂ ਦੇ ਪ੍ਰਸ਼ਾਸਨ ਦੇ ਅੱਗੇ, ਪੁਲਿਸ ਕੈਪਟਨ ਜਿਹੜੇ ਹੈਗੇ ਆ, DSP ਸਾਹਿਬ ਅੱਗੇ ਬੇਨਤੀ ਹੈ ਕਿ DSP ਸਾਹਿਬ ਜਾਗੋ, ਇਸ ਪਰਿਵਾਰ ਨੂੰ ਮਜਬੂਰ ਨਾ ਕਰੋ, ਇਸ ਪਰਿਵਾਰ ਨੂੰ ਇਹ ਅੰਦੋਲਨ ਅੱਗੇ ਲੈ ਕੇ ਜਾਣ ਲਈ ਮਜਬੂਰ ਨਾ ਕਰੋ, ਇਹਨਾਂ ਨੂੰ ਇਨਸਾਫ਼ ਦਿਓ, ਜਿਹੜਾ ਜੋ ਵੀ ਹੋ ਗਿਆ ਇਸ ਪਰਿਵਾਰ ਨੂੰ ਦੱਸੋ, ਔਰ ਇਹਨਾਂ ਦਾ ਜੋ ਵੀ ਇਹਨਾਂ ਨੂੰ ਬੰਦਾ ਜੋ ਇਹਨਾਂ ਨੂੰ ਬੰਦਾ ਹੱਕ ਇਹਨਾਂ ਨੂੰ ਦਿੱਤਾ ਜਾਵੇ, ਔਰ ਜਿਹੜੇ ਜਿਹਨਾਂ ਦੀ ਗਲਤੀ ਨਾਲ ਹੋਈ ਹੈ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਚੰਨਨ ਸਿੰਘ ਦਾ ਪਰਿਵਾਰ ਕਿਸ ਤਰ੍ਹਾਂ ਇੱਥੇ ਬਹਿ ਕੇ ਰੋਸ ਮੁਜ਼ਾਹਰਾ ਕਰ ਰਿਹਾ ਮਿਲ ਮੈਨੇਜਮੈਂਟ ਦੇ ਖਿਲਾਫ਼, ਅਤੇ ਕਿਉਂਕਿ 24 ਘੰਟੇ ਤੋਂ ਉੱਪਰ ਹੋ ਚੁੱਕੇ ਨੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੂੰ ਗੁਆਚੇ ਹੋਏ, ਅਤੇ ਮਿਲ ਮੈਨੇਜਮੈਂਟ ਜਿੱਥੇ ਹੈ ਕਿ ਦੱਸਿਆ ਜਾ ਰਿਹਾ ਕਿ ਕੋਈ ਵੀ ਉਹਨਾਂ ਨਾਲ ਸਹਿਯੋਗ ਨਹੀਂ ਕੀਤਾ ਜਾ ਰਿਹਾ। ਕਿਉਂਕਿ ਜੇ ਆਪਾਂ ਗੱਲ ਕਰੀਏ ਕਿ ਪੁਲਿਸ ਪ੍ਰਸ਼ਾਸਨ ਦੀ, ਪੁਲਿਸ ਪ੍ਰਸ਼ਾਸਨ ਵੱਲੋਂ ਵੀ ਛਾਨਬੀਨ ਆਪਣੇ ਤੌਰ 'ਤੇ ਕੀਤੀ ਜਾ ਰਹੀ ਹੈ, ਪਰ ਕੋਈ ਵੀ ਸਪਸ਼ਟ ਜਵਾਬ ਨਹੀਂ ਦੇ ਰਿਹਾ ਕਿ ਚੰਨਨ ਸਿੰਘ ਵਿਅਕਤੀ ਜਿਹੜਾ ਉਹ ਕਿੱਥੇ ਗਿਆ। ਕਿ ਜੇਕਰ ਪਰਿਵਾਰ ਕਹਿ ਰਿਹਾ ਕਿ ਜੇ ਤਾਂ ਮਿਲ ਦੇ ਅੰਦਰ ਕੋਈ ਹਾਦਸਾ ਵਾਪਰਿਆ ਤਾਂ ਸਾਨੂੰ ਸਪਸ਼ਟ ਦੱਸਿਆ ਜਾਵੇ, ਜੋ ਵੀ ਹੈ ਉਹ ਸਾਹਮਣੇ ਲਿਆਇਆ ਜਾਵੇ। ਕੈਮਰਾਮੈਨ ਵਿਨੇ ਦੇ ਨਾਲ ਵਿਜੇ ਸਲਾਰੀਆ, ਨਿਊਜ਼ 18 ਪੰਜਾਬ।